ਇਧਰਲੇ ਪਾਸੇ ਦੇ ਬੱਲੇ 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 ਟਾਮ ਕਲਾਸ ਮੈਚ ਲੱਗੇ ਤੇ ਉਹ ਗੱਲ ਸਾਫ਼ ਹੋ ਗਈ ਹੈ ਮੈਦਾਨ ਦੇ ਵਿੱਚ ਬਾਲ ਪਈ ਹੈ ਤੇ ਠੇਕੇ ਦਾ ਟਰਾਈ ਕਰਦਾ ਹੈ ਉੱਪਰ ਦੇ ਵਿੱਚ ਐਂਟਰੀ ਮਾਰੀ ਹੈ ਮੁੰਡਿਆਂ ਨੇ ਮੈਂਡੀ ਜੇਤੋ ਵਾਲਾ ਉਹ ਬਾਲ ਕਹਿੰਦੇ ਪਈ ਹੈ ਤੇ ਇਧਰਲੇ ਪਾਸੇ ਠੇਕੇਦਾਰ ਨੇ ਸ਼ਾਟ ਖੇਡ ਦਿੱਤਾ ਹੈ ਖੇਡ ਦੇ ਮੈਦਾਨ ਦੇ ਵਿੱਚ ਤੇ ਖਿਡਾਰੀ ਵੀ ਕਹਿੰਦੇ ਬਹੁਤ ਵਧੀਆ ਹੈ ਇਹ ਹੈ ਲੱਭਾ ਭੁੱਲਰ ਕਹਿੰਦੇ ਜੋਗਾ ਆਨੰਦ ਪਿੰਡ ਹੈ ਇਸ ਖਿਡਾਰੀ ਦਾ ਇਹ ਹੈ ਜੋਗਾ ਆਨੰਦ ਵਾਲਾ ਸੋਹਣਾ ਸ਼ਾਟ ਖੇਡਿਆ ਪਿੱਤਲ ਦੀਆ ਜਿਹੜਾ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਹੈ ਉਹ ਪਾਰ ਪਈ ਲੰਬੇ ਨੇ ਕਹਿੰਦੇ ਬਹੁਤ ਤਕੜਾ ਸ਼ਾਟ ਖੇਡ ਦਿੱਤਾ ਹੈ ਚਾਰ ਸਕੋਰ ਆਪਣੀ ਟੀਮ ਦੇ ਜੋੜੇ ਆ ਮੁੰਡੇ ਨੇ ਬੜੀ ਸਪੈਰ ਜ਼ਰੂਰੀ ਹੈ ਵੀਰੇ ਇਧਰਲੇ ਪਾਸੇ ਬਾਲ ਕਹਿੰਦੇ ਪਈ ਹੈ ਮੈਦਾਨ ਦੇ ਵਿੱਚ ਆਓ ਸਾਹਮਣੇ ਮੁੰਡੇ ਨੇ ਸ਼ਾਟ ਖੇਡਿਆ ਲੰਬਾ ਵੀ ਫਿੱਟ ਹੈ ਇਧਰਲੇ ਪਾਸੇ ਦੇਖਾਂਗੇ ਕਮਾਲ ਕਰ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਦੇਖਾਂਗੇ ਬਾਲ ਪਈ ਹੈ ਖੇਡ ਦੇ ਮੈਦਾਨ ਦੇ ਵਿੱਚ ਬਾਲ ਇੱਕ ਠੇਕੇਦਾਰਾ ਹਿੱਟ ਕੀਤੀ ਹੈ ਵਿਸ਼ਵ ਨੋ ਵਾਲਾ ਜੀ ਨੋ ਬਾਲ ਸੀਟ ਅੰਪਾਇਰ ਚਲਾ ਜਾਓ ਬਾਈ ਨੂੰ ਲੈਗ ਅੰਪਾਇਰ ਲਾ ਦੀ ਠੀਕ ਆ ਇਧਰਲੇ ਪਾਸੇ ਬਾਲ ਪਈ ਤੇ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ ਸੋਹਣੀ ਹਿੱਟ ਮਾਰੀ ਹੈ ਮੁੰਡੇ ਨੇ ਠੇਕੇਦਾਰ ਹੈ ਗਿੱਦੜ ਬਾਹੇ ਦੇ ਏਰੀਆ ਜਦੋਂ ਕਹਿੰਦੇ 2010-11 8-9 ਦੇ ਵਿੱਚ ਭੰਗੜੇ ਪਿਆ ਕਰਦੇ ਸਨ ਪਰ ਬਾਲ ਕਹਿੰਦੇ ਪਈ ਹੈ ਮੈਦਾਨ ਦੇ ਵਿੱਚ ਇਧਰਲੇ ਪਾਸੇ ਬੱਲੇ ਬੱਲੇ ਹੋ ਗਈ ਹੈ ਤਾੜੀਆਂ ਵੀ ਵੱਜੀਆਂ ਪਰ ਜੈਤੋ ਵਾਲ ਦੀ ਵਧਿਆ ਹੋਇਆ ਹੈ ਜੈਤੋ ਦੀ ਧਰਤੀ ਦਾ ਵਿੱਕੀ ਹੈ ਪਰ ਇਧਰਲੇ ਪਾਸੇ ਕਹਿੰਦੇ ਲੱਭੇ ਨੇ ਟਰਾਈ ਕੀਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਵਿਕਟ ਦਾ ਕਹਿੰਦੇ ਪੱਧਰ ਹੈ ਗੰਗਸਰ ਜੈਤੋ ਦੀਆਂ ਗੱਲਾਂ ਹੋਈਆਂ ਇਤਿਹਾਸ ਦੀਆਂ ਗੱਲਾਂ ਨੇ ਪਰ ਇਧਰਲੇ ਪਾਸੇ ਕਹਿੰਦੇ ਬਾਬੀ ਹੈ ਗੋਬਿੰਦਪੁਰੇ ਵਾਲਾ ਆਹ ਸੋਹਣਾ ਸ਼ਾਟ ਖੇਡ ਦਿੱਤਾ ਖੇਡ ਦੇ ਮੈਦਾਨ ਦੇ ਵਿੱਚ ਕਿੰਨੇ ਆ ਵੀਰੇ ਚਾਰ ਹੈ ਜੀ ਚਾਰ ਬਾਬੀ ਕਹਿੰਦੇ ਤਿਆਰ ਹੈ ਵੱਡੇ ਨਾਮ ਹੈ ਇਹਨਾਂ ਮੁੰਡਿਆਂ ਦੇ ਬਾਲਾਂ ਵੀ ਪੈਂਦੀਆਂ ਨੇ ਪਰ ਛੱਕਾ ਕਹਿੰਦੇ ਬਾਬੀ ਨੇ ਮਾਰਿਆ ਆਹ ਮੈਦਾਨ ਦੇ ਵਿੱਚ ਫੇਰ ਕਹਿੰਦੇ ਘਰ ਦੀਆਂ ਮਜਬੂਰੀਆਂ ਪਈਆਂ ਕੁਝ ਰੰਝੇਵੇ ਹੋਏ ਥੋੜਾ ਦੂਰ ਹੋਏ ਪਰ ਫੇਰ ਵਾਪਸੀ ਕੀਤੀ ਹੈ ਨਵੀਂ ਦੀਪਕ ਬਾਈ ਬਾਬਾ ਮਿਹਰ ਕਰੇ ਔਰ ਰਨ ਜਿਹੜੇ 6 ਆ ਗਏ ਹੈ ਬਾਬੀ ਗੋਬਿੰਦਪੁਰੇ ਦੀ ਧਰਤੀ ਦਾ ਲਾਉ ਸਾਹਮਣੇ ਬਾਲ ਪਈ ਹੈ ਇਧਰ ਮੌਸਮ ਵੀ ਕਹਿੰਦੇ ਸੁਹਾਣਾ ਹੋ ਗਿਆ ਤੇ ਰਨ ਜਿਹੜੇ ਖਿਡਾਰੀ ਨੇ 1 ਜਾਂ 2 ਪਰ ਮੈਨੂੰ ਲੱਗਦਾ ਵੀ 4 ਰਨ ਜਿਹੜੇ ਆ ਗਏ ਹੈ ਖੇਡ ਦੇ ਮੈਦਾਨ ਦੇ ਵਿੱਚ ਸਕੋਰ ਜਿਹੜੇ 4 ਦੀਪਕ ਕਹਿੰਦੇ ਜੈਤੋ ਦੀ ਧਰਤੀ ਦਾ ਆਹ ਬਾਲ ਪਈ ਹੈ ਮੈਸ ਫੀਲਡ ਹੈ ਰਨ ਕਹਿੰਦੇ 4 ਮੈਦਾਨ ਦੇ ਵਿੱਚ ਲੈ ਕਿੰਨੇ ਬਣ ਗਏ ਵੀਰੇ ਪਿਆਰ ਬੜਾ ਕਰਦੇ ਮੁੰਡੇ ਨੂੰ ਪਹਿਲਾ ਓਵਰ ਬਾਬੀ ਦਾ ਇਹਨੇ ਕਹਿੰਦੇ ਲੈਦਰ ਵੀ ਬਹੁਤ ਤਕੜੀ ਖੇਡੀ ਹੈ ਤੇ ਪੈਂਟਸ ਦਾ ਵੀ ਕਹਿੰਦੇ ਜਿਹੜਾ ਖਿਡਾਰੀ ਬਾਲ ਪਾ ਰਿਹਾ ਹੈ ਲਓ ਸਾਹਮਣੇ ਬਾਲ ਪਈ ਹੈ ਆਹ ਕਹਿੰਦੇ ਪੁਰਾਣਾ ਖੁੰਡ ਹੈ ਸਾਡੀ ਖੇਡ ਕ੍ਰਿਕਟ ਦਾ ਇਹ ਰਾਜੂ ਹੈ ਜੈਤੋ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਵਾਲਾ ਹੈ ਗੋਬਿੰਦਪੁਰਾ ਪਿੰਡ ਹੈ ਪਹਿਲੀ ਬਾਲ ਵੀ ਮਾੜਾ ਅਸੀਂ ਵੀ ਨਾ ਕਰੀਏ ਸ਼ਿਕਾਰ ਬੱਲੇ ਹੈ ਉਹ ਤੇਰੀ ਉਮਰ ਨੇ ਆਣੀ ਓਏ ਮਾੜਾ ਅਸੀਂ ਵੀ ਨਾ ਕਰੀਏ ਸ਼ਿਕਾਰ ਬੱਲੇ ਹੈ ਤੇਰੀ ਉਮਰ ਨੇ ਆਣੀ ਇਹ ਮਾਸਟਰ ਹੈ ਆਹ ਭੁੱਲਰਾਂ ਦਾ ਮੁੰਡਾ ਹੈ ਜਿਹਨੇ ਬਾਲ ਪਾਉਣੀ ਹੈ ਇਹ ਲੱਭਾ ਮੇਰੇ ਵੀਰੋ ਆਹ ਬੱਲੇ 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 ਇੱਥੇ ਰੱਖ ਥਾਪੀ ਮਾਰੀ ਹੈ ਮਾਸਟਰ ਖੇਡ ਦੇ ਮੈਦਾਨ ਦੇ ਵਿੱਚ ਵੀ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਉਹ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਉਹ ਤਾੜੀਆਂ ਵੱਜਦੀ ਹੈ ਮਾਸਟਰ ਹੈ ਲਓ ਬੱਲੇ 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 ਆਹ ਕਹਿੰਦੇ ਰਾਜੂ ਆਏ ਕਮਾਲ ਕਰ ਦਿੱਤੀ ਹੈ ਪਹੁੰਚ ਨਹੀਂ ਆਉਣਾ ਇਹ ਗੱਲ ਪੱਕੀ ਹੈ ਲਓ ਬਾਲ ਪਈ ਖੇਡਿਆ ਸ਼ਾਰ ਤੇ ਰਨ ਕਹਿੰਦੇ 4 ਨੇ ਖੇਡ ਦੇ ਮੈਦਾਨ ਦੇ ਵਿੱਚ ਇਧਰ ਸੋਹਣੀ ਇੱਟ ਮਾਰ ਲਓ ਸਾਹਮਣੇ ਇਧਰ ਬੱਲੇ 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 ਆ ਰਾਜੂ ਦਾ ਗੁੱਸਾ ਕੰਮ ਆ ਗਿਆ ਹੁਣ ਮੁੰਡੇ ਨੇ ਪਹਿਲਾਂ ਚੌਕਾ ਮਾਰਿਆ ਫਿਰ ਛੱਕਾ ਤੇ 10 ਰਨ ਪਾਏ ਆ ਤਾੜੀ ਭੁੱਲਦਾ ਚੇਤਾ 13 ਰੇ ਸਾਰੇ ਜੱਗ ਤੋਂ ਪਰਦੇ ਵੇ ਇੱਕ ਤੈਨੂੰ ਦੱਸਦੀ ਆ ਆ ਕਾਰ ਵੇਖ ਕੇ ਕਹਿੰਦਾ ਕਿ ਮੈਂ ਸੌਖੀ ਉਰੇ ਬਿੱਲੀ ਜੈਤੋ ਵਾਲਾ ਆ ਬਾਲ ਤੇ ਡੋਰੀ ਉੱਡਰ ਗਏ ਬਾਲ ਪੈ ਗਈ ਲਓ ਸਾਹਮਣੇ ਉਹ ਬੱਲੇ ਬੱਲੇ ਮੱਲੀ ਬਾਈ ਪਹਿਲਾਂ ਦੱਸਦਾ ਸੀ ਆ ਬਾਲ ਤੇ ਡੋਰੀਏ ਹੋਇਆ ਮੈਚ ਪੜ ਗਿਆ ਬਾਲ ਪੈ ਗਈ ਹੈ ਆਓ ਸਾਹਮਣੇ
ਇੱਥੇ ਰੱਖ ਸਵਾਲ ਕਰ ਦਿੱਤਾ ਮੁੰਡੇ ਨੇ ਬਾਲ ਪਾਉਣ ਲਈ ਤਿਆਰ ਹੈ ਇੱਧਰ निरंकारी है मुंडा तैयार है पर सामने देखो मेरे मित्रों इधरले पास थले मैदान मैं भी गुरप्रीत खाली पिस्टल नसीबपुरे गोपी मंड दे जसवंत मलकपुर वाला लो बल्ले हो गए बल्ले टपादा चार हो गए गुरप्रीत सामने लास्ट ओवर पाने खिलाड़ी कहते दो ओवर हले बाकी इस तू बाद भी कहते दो ओवर बाकी ने मैदान बहुत जल्दी मुंडिया ने स्कोर नेड़े कर दिते जैतो वाले ने चार आ गए जी रह गए चार चार बहुत स्पीड दे नाल कहते स्कोर चेंज किए मुंडिया ने लाओ सामने कहते बिल्ली तैयार बार तैयार है मेरे वीरों मैदान बड़ा कब्बा शॉट मार गया पहला ट्राई लगता